ਇਸ 18 ਸਾਲ ਦੇ ਸਿੰਘ ਨੇ ਇੱਕ ਚੌਂਕੜੇ ਦੇ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਨੇ। ਗੁਰੂ ਦੇ ਇਸ ਸਿੰਘ ਨੂੰ ਤੁਸੀਂ ਵੀ ਕਮੈਂਟ ਕਰਕੇ ਵਧਾਈ ਜ਼ਰੂਰ ਦਿਓ। ਇਸ 18 ਸਾਲ ਦੇ ਸਿੰਘ ਨੇ ਇੱਕ ਚੌਂਕੜੇ ਦੇ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਨੇ। ਨੌਜਵਾਨ ਦਾ ਇਹ ਬਚਪਨ ਤੋਂ ਸੁਪਨਾ ਸੀ ਤੇ ਉਸਨੂੰ ਸ਼ੌਂਕ ਵੀ ਸੀ ਸਿੱਖੀ ਦੇ ਨਾਲ ਜੁੜਨ ਦਾ। ਇੱਕ ਚੌਂਕੜੇ ਦੇ ਵਿੱਚ ਨਾ ਹੀ ਇਸਨੇ ਕੁਝ ਖਾਧਾ ਤੇ ਨਾ ਹੀ ਕੁਝ ਪੀਤਾ, ਇੱਕੋ ਚੌਂਕੜੇ ਦੇ ਅੰਦਰ ਇਸਨੇ ਅਖੰਡ ਪਾਠ ਸਾਹਿਬ ਦੇ ਭੋਗ ਪਾ ਦਿੱਤੇ। ਲੋਕਾਂ ਦੀ ਉਮਰ ਲੰਘ ਜਾਂਦੀ ਹੈ ਇਸ ਮੁਕਾਮ ਤੇ ਪਹੁੰਚਣ ਦੇ ਲਈ। ਇਹ ਸਿੰਘ ਅੰਮ੍ਰਿਤ ਛਕਣ ਅਤੇ ਸਿੰਘ ਸਜਣ ਲਈ ਨੌਜਵਾਨਾਂ ਨੂੰ ਪ੍ਰੇਰਿਤ ਕਰ ਰਿਹਾ ਹੈ ਅਤੇ ਨਾਲ ਹੀ ਆਪਣੇ ਮਾਂ ਪਿਓ ਦਾ ਵੀ ਨਾਮ ਰੋਸ਼ਨ ਕਰ ਰਿਹਾ ਹੈ। ਤੁਸੀਂ ਕਮੈਂਟ ਬਾਕਸ ਦੇ ਵਿੱਚ ਇਹਨੂੰ ਵਧਾਈ ਜ਼ਰੂਰ ਦਿਓ ਕਿਉਂਕਿ ਇਸਨੇ ਮਹਿਜ਼ 18 ਸਾਲ ਦੀ ਉਮਰ ਦੇ ਵਿੱਚ ਉਹ ਕਰ ਦਿਖਾਇਆ ਜੋ ਵੱਡੇ ਵੱਡੇ ਗਿਆਨੀ ਸਾਹਿਬਾਨ ਵੀ ਨਹੀਂ ਕਰ ਪਾਉਂਦੇ। ਮੇਰਾ ਨਾਮ ਸੁਖਜਿੰਦਰ ਸਿੰਘ ਹੈ ਜੀ ਅਤੇ ਪਿੰਡ ਮੇਰਾ ਕੋਟ ਦੇ ਸਕਾਂ ਅਤੇ ਮਨ ਵਿੱਚ ਜਜ਼ਬਾ ਨਿੱਕੇ ਹੁੰਦੇ ਤੋਂ ਸੀ, ਛੋਟਾ ਸੀ ਜਦੋਂ 5 ਸਾਲ ਦਾ ਹੋਣਾ, ਮੈਂ 2 ਸਾਲ ਦਾ ਬੱਚਾ ਸੀ ਉਦੋਂ। ਮਾਤਾ ਜੀ ਨੇ ਬੋਲਣਾ ਵਾਹਿਗੁਰੂ ਅਤੇ ਮੰਮੀ ਮਗਰ ਵਾਹਿਗੁਰੂ ਬੋਲਣਾ, ਅਤੇ 5 ਰਾਂ ਉਹਨਾਂ ਨੇ ਬੋਲਣਾ ਮੰਮੀ ਮਗਰ 5 ਰਾਂ ਬੋਲਣਾ। ਮੁੰਗੇ 7 ਸਾਲ ਦਾ ਹੋ ਗਿਆ, ਮੁੰਗੇ 7 ਸਾਲ ਦੇ ਮੁੜ ਕੇ ਇੱਟਾਂ ਲੈਣੀਆਂ ਜਾਂ ਫਿਰ ਲਾ ਲਓ ਤੁਸੀਂ ਸਿਰਾਣੇ ਲੈ ਲੈਣੇ ਜਾਂ ਕੋਈ ਫੱਟੀ ਲੱਭ ਗਈ ਉਹ ਲੈ ਲੈਣੀ, ਤਾਂ ਉੱਤੇ ਮੁੜ ਕੇ ਚੁੰਨੀ ਜਾਂ ਕੋਈ ਹੋਰ ਚਾਦਰ ਪਾ ਕੇ ਮਹਾਰਾਜ ਸਰੂਪ ਬਣਾਉਣਾ, ਅਤੇ ਮੁੜ ਕੇ ਜੇ ਬੱਚੇ ਹੋਣੇ ਲੱਗ ਗਏ ਉਹਨਾਂ ਨੇ ਕਹਿਣਾ ਮੱਥਾ ਟੇਕੋ ਵੀ ਮਹਾਰਾਜ ਆਏ, ਤਾਂ ਮੁੜ ਕੇ ਕਰਨਾ ਵੀ ਇੱਕ ਡੰਡਾ ਲੈਣਾ ਉਹਦਾ ਨਿਸ਼ਾਨ ਸਾਹਿਬ ਬਣਾਉਣਾ ਚੁੰਨੀਆਂ ਲੇਟ ਕੇ ਅਤੇ ਚੌਰ ਸਾਹਿਬ ਬਣਾਉਣਾ, ਅਤੇ ਇੱਦਾਂ ਕਰਕੇ ਛੋਟੇ ਹੁੰਦੇ ਸ਼ੌਂਕ ਸੀ। ਮੁੜ ਕੇ ਜਦੋਂ 12 ਸਾਲਾਂ ਦਾ ਹੋਇਆ ਮੁੜ ਕੇ ਅੰਮ੍ਰਿਤ ਪਾਨ ਕੀਤਾ ਜੀ, ਮੁੜ ਕੇ ਪਿੰਡ ਬਾਬਾ ਜੀ ਆਏ ਹੋਏ ਹਨ ਅਤੇ ਉਹਨਾਂ ਨੇ ਮੁੜ ਕੇ ਵੀ ਘਰਦਿਆਂ ਨੂੰ ਮੈਂ ਕਿਹਾ ਮੈਂ ਹਾਂ ਮੈਂ ਅੰਮ੍ਰਿਤ ਛਕਣਾ, ਘਰਦਿਆਂ ਨੇ ਨਾ ਕੀਤੀਆਂ ਅਤੇ ਨਹੀਂ ਅਤੇ ਕੋਈ ਰਹਿਤ ਨਹੀਂ ਹੋਣੀ ਹੈ, ਅਤੇ ਮੁੜ ਕੇ ਮੈਂ ਜਿੱਦ ਕਰ ਲਈ ਫੜ ਲਈ ਵੀ ਮੈਂ ਛਕਣਾ। ਮੁੜ ਕੇ ਇਹਨਾਂ 100 ਰੁਪਈਆ ਦਿੱਤਾ ਮੈਨੂੰ, 100 ਰੁਪਈਏ 'ਚ ਮੁੜ ਕੇ 100 ਰੁਪਈਏ 'ਚ ਮੁੜ ਕੇ ਆਪਣੇ ਸਾਰੇ ਕਾਰ ਲਏ, ਮੈਂ ਕਾਰ ਲੈ ਕੇ ਮੁੜ ਕੇ ਘਰ ਆਇਆ, ਮੁੜ ਕੇ ਘਰ ਦੇ ਵੀ ਖੁਸ਼ ਹੋ ਗਏ ਸਿੰਘ ਸਾਦੇ ਆਇਆ। ਮੁੜ ਕੇ ਹੁਣ ਮਹਾਰਾਜ ਦੀ ਕਿਰਪਾ ਹੈ ਅਤੇ ਬਾਬਾ ਜੀ ਕੋਲੋਂ ਜਿਹੜੀ ਆਪਾਂ ਸੰਥਿਆ ਲਈ ਸੀ ਬਾਬਾ ਜੀ ਬਾਬਾ ਨਿਰਮਲ ਸਿੰਘ ਜੀ ਕੋਲ, ਆਪਣੇ ਪਿੰਡ ਦੇ ਗ੍ਰੰਥੀ ਸਿੰਘ ਹਨ। ਹਾਂਜੀ ਹਾਂਜੀ ਉਹਨਾਂ ਕੋਲੋਂ ਸੰਥਿਆ ਲਈ ਆ ਅਤੇ ਜਿੱਥੋਂ ਕੋਈ ਮਾੜੀ ਮੋਟੀ ਗਲਤੀ ਹੋਣੀ ਉਹ ਇਹਨਾਂ ਦੱਸ ਦੇਣੀ ਮੈਨੂੰ, ਅਤੇ ਜੋ ਵੀ ਗਲਤੀ ਹੋਣੀ ਇਹਨਾਂ ਉੱਥੋਂ ਟੋਕ ਦੇਣਾ ਵੀ ਨਹੀਂ ਇੱਥੋਂ ਸਹੀ ਕਰੋ, ਅਤੇ ਇਹਨਾਂ ਵੀ ਸਾਰਾ ਕੁਝ ਦੱਸ ਦੇ ਰਹੇ। ਪੜ੍ਹਾਈ +1 ਜੀ, +1 ਨੋਨ ਮੈਡੀਕਲ। ਹਾਂਜੀ ਪੜ੍ਹ ਰਹੇ। ਹਾਂਜੀ ਮਨ 'ਚ ਜਜ਼ਬਾ ਵੀ ਹੁੰਦਾ ਹੀ ਹੈ, ਤੁਹਾਨੂੰ ਪਤਾ ਲਾਗੇ ਆਂਢ ਗਵਾਂਢ ਵੀ ਰਿਸ਼ਤੇਦਾਰਾਂ 'ਚ ਵੀ ਪਿੰਡ 'ਚ ਵੀ, ਇਹ ਮਹਾਰਾਜ ਦੀ ਕਿਰਪਾ ਹੈ। ਮਹਾਰਾਜ ਨੇ ਸੇਵਾ ਲੈਣੀ ਸੀ ਉਹ ਸੇਵਾ ਲਈ ਆ। ਨਾ ਨਾ ਡਰ ਨਹੀਂ, ਮੈਂ ਅਰਦਾਸ ਕਰਕੇ ਬਹਿ ਗਿਆ ਸੀ, ਮੈਂ ਹੁਣ ਮਹਾਰਾਜ ਤੁਸੀਂ ਇੱਜ਼ਤ ਪੱਤ ਰੱਖਣੀ ਅਤੇ ਸਮਰੱਥ ਗੁਰੂ ਸਿਰਾ ਉਤਰਿਓ। ਮਹਾਰਾਜ ਨੇ ਸਿਰ ਉੱਤੇ ਹੱਥ ਰੱਖ ਕੇ ਆਪਣੀ ਸੇਵਾ ਆਪ ਲੈ ਲਈ ਹੈ ਜੀ। ਹਾਂਜੀ ਮਨ 'ਚ ਸ਼ੌਂਕ ਕਿੱਦਾਂ ਆਇਆ ਵੀ ਇਕੱਲੇ ਪਾਠ ਕਰਨ ਦਾ, ਕਿਉਂਕਿ ਹਮੇਸ਼ਾ ਨਹੀਂ ਜਦੋਂ ਅਖੰਡ ਪਾਠ ਸਾਹਿਬ ਦੀ ਇੱਕ ਮਰਿਆਦਾ ਹੁੰਦੀ, 5 ਸਿੰਘ ਹੋਣ ਅਤੇ ਫਿਰ ਅਖੰਡ ਪਾਠ ਸਾਹਿਬ ਰੱਖੇ ਜਾਂਦੇ ਨੇ, 3 ਦਿਨਾਂ ਦਾ ਸਾਰਾ ਇਹ ਹੁੰਦਾ ਜੀ।
ਇਹ ਸ਼ੌਂਕ ਮੈਨੂੰ 2 ਕੁ ਮਹੀਨੇ ਹੋ ਗਏ ਮਨ 'ਚ ਸੱਟ ਜਿਹੀ ਵੱਜਣੀ ਵੀ ਨਹੀਂ ਕਰਨਾ ਹੀ ਆ। ਮੁੜ ਕੇ ਜਦੋਂ ਮੇਰਾ ਜਨਮ ਦਿਨ ਸੀ, ਮੁੜ ਕੇ ਮੈਂ ਉਸ ਦਿਨ ਰੱਖਤਾ, 27 ਤਰੀਕ ਨੂੰ ਜਨਮ ਦਿਨ ਸੀ ਮੇਰਾ, ਅਤੇ 27 ਤਰੀਕ ਨੂੰ ਰੱਖਤਾ, ਇਹਨਾਂ ਅਰਦਾਸ ਕਰਾ ਦਿੱਤੀ ਘਰਦਿਆਂ ਨੇ ਸਹਿਜ ਪਾਠ ਦੀ, ਆਹਦੇ ਤੇਰੇ ਕੋਲ ਨਹੀਂ ਹੋਣਾ, ਅਤੇ ਮੁੜ ਕੇ ਮਹਾਰਾਜ ਨੇ ਕਰਾਉਣਾ ਸੀ, ਉਹ ਹੋ ਗਿਆ, ਅਤੇ ਮੁੜ ਕੇ ਮਹਾਰਾਜ ਨੇ ਸੇਵਾ ਲਈ ਆਪਣੀ, ਅਤੇ ਮਹਾਰਾਜ ਗਾਂ ਵੀ ਕਿਰਪਾ ਕਰਨ ਸੱਚੇ ਪਾਤਸ਼ਾਹ ਜੀ। ਹਾਂਜੀ, ਸਰੀਰ 'ਚ ਕੋਈ ਦਿੱਕਤ ਆਈ ਹੁਣ ਕੋਈ, ਜਿੱਦਾਂ ਲੱਤਾਂ ਦਾ ਕੋਈ ਪਰੇਸ਼ਾਨੀ? ਹਾਂਜੀ, ਉਹ ਥੋੜ੍ਹੀ ਬਾਅਦ ਆਉਣੀ ਆ ਜੀ। ਹਾਂਜੀ, ਹੁਣ ਨੌਜਵਾਨਾਂ ਨੂੰ ਕੀ ਅਪੀਲ ਕਰਨੀ ਚਾਹੀਦੀ? ਨੌਜਵਾਨਾਂ ਨੂੰ ਇਹੋ ਹੀ ਕਿ ਨਸ਼ਿਆਂ ਦਾ ਤਿਆਗ ਕਰੋ ਅਤੇ ਗੁਰਸਿੱਖੀ ਜੀਵਨ ਵੱਲ ਆਓ, ਤਾਂ ਅੰਮ੍ਰਿਤ ਛਕੋ ਸਿੰਘ ਸਜੋ। ਹਾਂਜੀ, ਸਵਰਨ ਸਿੰਘ ਭਾਅ ਜੀ, ਪਿੰਡ ਕੋਟਲੀ ਸਕਾ। ਹਾਂਜੀ, ਅਤੇ ਮੇਰੇ ਬੱਚੇ ਨੇ ਪਾਠ ਕੀਤਾ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ, ਖੰਡ ਪਾਠ ਦੀ ਅਰਦਾਸ ਕਰਾਈ ਸਹਿਜ ਪਾਠ ਦੀ, ਅਤੇ ਇਹਨੇ ਪੂਰਾ ਖੰਡ ਪਾਠ ਸੰਪੂਰਨ ਕਰਤਾ ਇੱਕ ਝਾਉਂਡ ਦੇ ਵਿੱਚ। ਮਹਾਰਾਜ ਚੜ੍ਹਦੀ ਕਲਾ ਰੱਖੇ ਸੱਚੇ ਪਾਤਸ਼ਾਹ, ਅਸੀਂ ਸਾਰਿਆਂ ਨੂੰ ਮੰਨਿਆ ਵੀ ਕਰੋ ਇਹੋ ਹੀ, ਇਸ ਤਰ੍ਹਾਂ ਹੀ ਕਰੋ। ਇਹਨੂੰ ਬਚਪਨ ਤੋਂ ਸ਼ੌਂਕ ਸੀ। ਹਾਂਜੀ ਹਾਂਜੀ, ਕਦੀ ਇੱਟਾਂ ਰੱਖ ਲੈਣੀਆਂ, ਕਦੀ ਕੋਈ ਪਰਨਾ ਪਾ ਲੈਣਾ ਉੱਥੇ, ਕਦੀ ਕੁਛ ਕਰ ਲੈਣਾ, ਚੌਰ ਸਾਹਿਬ ਬਣਾ ਲੈਣਾ, ਨਿਸ਼ਾਨ ਸਾਹਿਬ ਲੱਗ ਲਾ ਲੈਣਾ ਸੋਟੀ ਦਾ, ਇਸ ਤਰ੍ਹਾਂ ਪਹਿਲੇ ਦਿਨ ਉਹਨੂੰ ਸ਼ੌਂਕ ਸੀ। ਅਤੇ ਨਾਲ ਜਿਉਂ ਜਿਉਂ ਪੜ੍ਹਾਈ ਕਰੀ ਗਿਆ, ਨਾਲ ਮਹਾਰਾਜ ਕਿਰਪਾ ਕਰੀ ਗਿਆ ਸੱਚੇ ਪਾਤਸ਼ਾਹ, ਕੁਛ ਬਾਬਾ ਜੀ ਹੋਣਾ ਦੀ ਕਿਰਪਾ, ਬਾਬਾ ਨਿਰਮਲ ਸੋਹਣਾ ਦੀ, ਇਹ ਕੋਟ ਲਈ ਸਕੇ ਵਾਲਾ ਪਿੰਡ ਦੇ ਗ੍ਰੰਥੀ ਸਾਡੇ 'ਤੇ, ਕੋਈ ਇਹਨਾਂ ਕਿਰਪਾ ਕੀਤੀ, ਜਿੱਥੋਂ ਗਲਤੀ ਹੁੰਦੀ ਸੀ ਰੋਕ ਟੋਕਦੇ ਹੁੰਦੇ, ਅਤੇ ਇਹਨਾਂ ਕੋਲ ਸੰਥਿਆ ਲੈਂਦੇ ਨੇ, ਬਹੁਤ ਖੁਸ਼ੀ ਹੁੰਦੀ ਹੈ ਮਹਾਰਾਜ, ਖੁਸ਼ੀ ਸੰਭਾਲੀ ਨਹੀਂ ਜਾਂਦੀ, ਅਤੇ ਮਹਾਰਾਜ ਚੜ੍ਹਦੀ ਕਲਾ ਰੱਖ ਸੱਚੇ ਪਾਤਸ਼ਾਹ ਸਾਰਿਆਂ ਦਾ ਰੱਖੇ। ਹੋਰ ਬੱਚਿਆਂ ਨੂੰ ਕੀ ਅਪੀਲ ਕਰਨੀ ਚਾਹੀਦੀ? ਬੱਚਿਆਂ ਨੂੰ ਅਪੀਲ ਇਹੋ ਹੀ ਆ, ਨਸ਼ੇ ਛੱਡੋ ਅਤੇ ਗੁਰੂ ਵਾਲੇ ਬਣੋ, ਗੁਰੂ ਦੇ ਨਾਲ ਜੁੜੋ ਸੱਚੇ ਪਾਤਸ਼ਾਹ ਦੇ ਨਾਲ, ਗੁਰੂ ਗ੍ਰੰਥ ਸਾਹਿਬ ਦੇ ਨਾਲ, ਸਾਨੂੰ ਅਪੀਲ ਇਹੋ ਜੀ। ਕੀ ਨਾਂ ਆ ਅਤੇ ਤੁਹਾਡੇ ਸ਼ਾਗਿਰਦ ਨੇ ਅੱਜ ਏਡਾ ਵੱਡਾ ਮਾਰੀ ਕਿਰਪਾ ਕੀਤੀ ਹੈ, ਸਫਲਤਾ ਲਈ ਹੈ, ਕੀ ਕਹਿਣਾ ਚਾਹੁੰਦੇ? ਮੇਰਾ ਨਾਮ ਨਿਰਮਲ ਸਿੰਘ ਹੈ ਜੀ, ਮੈਂ ਆਪਣਾ ਕਹੋ ਕਬੀਰ ਗੂੰਗੇ ਗੁੜਖਾਇਆ ਪੁੱਛੇ ਤੇ ਕਿਆ ਕਹੀ, ਸੋ ਇੰਨੀ ਖੁਸ਼ੀ ਵਾਲੀ ਗੱਲ ਹੈ ਉਹ ਮੈਂ ਦੱਸ ਨਹੀਂ ਸਕਦਾ ਜੀ, ਦੱਸਣ ਤੋਂ ਬਾਰੀ ਹੈ, ਸਤਿਗੁਰੂ ਮਹਾਰਾਜ ਜੀ ਨੇ ਆਪ ਇਹਨਾਂ ਤੋਂ ਸੇਵਾ ਲਈ, ਕਿਉਂਕਿ ਜਦੋਂ ਪ੍ਰਾਰੰਭ ਕਰਨ ਲੱਗੇ ਤਾਂ ਮੈਨੂੰ ਲਾਂਭੋ ਪਤਾ ਲੱਗਾ ਜਿੱਦਾਂ ਸੁਖਜਿੰਦਰ ਸਿੰਘ ਇੱਕੇ ਚੌਂਕੜੇ ਜਾਂ ਅਖੰਡ ਪਾਠ ਸਾਹਿਬ ਕਰ ਰਹੇ, ਅਤੇ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਵੀ ਘਰ ਦੇ ਵਿੱਚ ਫੋਨ ਕਰਕੇ ਪੁੱਛਦੇ ਹਾਂ ਵੀ ਸੱਚੀ ਗੱਲ ਹੈ ਕਿ ਜਾਂ ਵੈਸੇ ਕਹਿੰਦਾ, ਉਹਨੇ ਜਿਹਨੂੰ ਇਹਨਾਂ ਦੀ ਮਾਤਾ ਜੀ ਨੇ ਫੋਨ ਲਾਤਾ ਵੀ ਬਾਬਾ ਜੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਨਾ, ਅਤੇ ਮੈਂ ਇਹਨਾਂ ਨੂੰ ਆਖਿਆ ਵੀ ਸਹਿਜ ਪਾਠ ਜਿਹੜਾ ਉਹ ਪ੍ਰਾਰੰਭ ਕਰਿਓ, ਕਿਉਂਕਿ ਹੋ ਸਕਦਾ ਸਰੀਰ ਹੈ ਜੀ ਕੋਈ ਵੀ ਦਿੱਕਤ ਆ ਸਕਦੀ ਕਿਸੇ ਵੇਲੇ ਵੀ, ਸੋ ਇਹਨਾਂ ਨੇ ਚਲੋ ਉਸੇ ਤਰ੍ਹਾਂ ਕੀਤਾ, ਅਰਦਾਸ ਜਿਹੜੀ ਉਹ ਸਹਿਜ ਪਾਠ ਦੀ ਕੀਤੀ, ਅਤੇ ਬੱਚੇ ਨੇ ਜਿਹੜੀ ਆ ਬਾਅਦ ਦੇ ਵਿੱਚ ਇੱਕ ਚੌਂਕੜੇ ਦੇ ਵਿੱਚ ਹੀ ਅਖੰਡ ਪਾਠ ਸਾਹਿਬ ਇਹ ਕੀਤਾ, ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਹੋਈ ਆ, ਆਪ ਹੀ ਸਤਿਗੁਰੂ ਮਹਾਰਾਜ ਨੇ ਸੇਵਾ ਲਈ ਹੈ ਜੀ। ਕੀ ਨੌਜਵਾਨਾਂ ਨੂੰ ਕੀ ਅਪੀਲ ਕਰਨੀ? ਨੌਜਵਾਨਾਂ ਨੂੰ ਇਹੋ ਹੀ ਆ ਵੀ ਬੱਚੇ ਤੋਂ ਸੇਧ ਲੈਣੀ ਚਾਹੀਦੀ ਆਪਾਂ ਨੂੰ, ਕਿਉਂਕਿ ਵੇਖੋ ਇਸ ਜਵਾਨੀ ਦੇ ਵਿੱਚ ਜਵਾਨ ਬੱਚੇ ਜਿਹੜੇ ਆਪਣੇ ਅੱਜ ਕਿੱਧਰ ਨੂੰ ਜਾ ਰਹੇ ਨੇ, ਅੱਜ 6ਵਾਂ ਦਰਿਆ ਜਿਹੜਾ ਹੈ ਉਹ ਨਸ਼ਿਆਂ ਦਾ ਚੱਲ ਰਿਹਾ, ਨਸ਼ਿਆਂ ਵੱਲੋਂ ਮੁੜ ਕੇ ਅਤੇ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਬਾਣੀ ਦੇ ਨਾਲ ਜੁੜ ਕੇ ਆਪਣਾ ਮਨੁੱਖਾ ਜਨਮ ਇਹਨੂੰ ਆਪਾਂ ਸਫਲ ਬਣਾਉਣਾ ਜੀ।